ਆਮ ਤੌਰ ਤੇ ਇਹ ਅੱਖਰ ਵਰਤੇ ਜਾਂਦੇ ਆ ਤੁਸੀਂ ਗੁਰੂ ਕੀ ਹਜ਼ੂਰੀ ਵਿੱਚ ਸੱਜ ਕੇ ਬੈਠੇ ਹੋ। ਸੱਜਣਾ ਕੀ ਹੈ? ਤਰਤੀਬ ਨਾਲ, ਪਿਆਰ ਨਾਲ, ਭਾਵਨਾ ਨਾਲ ਬੈਠਣਾ ਅਤੇ ਜੋ ਗੁਰੂ ਮਹਾਰਾਜ ਜੀ ਦਾ ਹੁਕਮ ਸੁਣਾਇਆ ਜਾ ਰਿਹਾ ਨਾਲ ਦੀ ਨਾਲ ਹੀ ਉਹਨੂੰ ਮੰਨੀ ਜਾਣਾ, ਨਾਲ ਦੀ ਨਾਲ ਹੀ ਤਰਤੀਬ ਦੇਈ ਜਾਣੀ। ਸੋ ਆਓ ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਸਾਰੀਆਂ ਸੰਗਤਾਂ ਕੋਈ ਰਸਨਾ ਵਾਂਝੀ ਨਾ ਰਹੇ, ਇੱਕ ਵਾਰੀ ਪਿਆਰ ਨਾਲ ਭਿੱਜ ਕੇ ਉਚਾਰਨ ਕਰ ਲਈਏ ਜੀ। ਸਤਨਾਮ ਸ੍ਰੀ ਵਾਹਿਗੁਰੂ। ਇੱਕ ਵਾਰੀ ਫੇਰ ਬੋਲੋ ਸਾਰੀਆਂ ਸੰਗਤਾਂ ਦੀ ਆਵਾਜ਼ ਉਸ ਲਹਿਜੇ ਵਿੱਚ ਨਹੀਂ ਆਈ। ਸਾਰੇ ਕਿਰਪਾ ਕਰੋ, ਕੋਈ ਰਸਨਾ ਵਾਂਝੀ ਨਾ ਰਹੇ। ਆਓ ਇੱਕ ਵਾਰੀ ਫਿਰ ਮਿਲ ਕੇ ਬੋਲੀਏ ਜੀ ਸਤਨਾਮ ਸ੍ਰੀ ਵਾਹਿਗੁਰੂ। ਜ਼ਿੰਦਗੀ ਦੇ ਵਿੱਚ ਜਿਹੜੀ ਚੀਜ਼ ਤੋਂ ਆਪਾਂ ਪ੍ਰਭਾਵਿਤ ਨਾ ਹੋਈਏ, ਸਾਡਾ ਮਨ ਨਾ ਤੇ ਉਹਨੂੰ ਮੰਗਦਾ ਤੇ ਨਾ ਉਹਦੀ ਕਦਰ ਕਰਦਾ। ਜਿਹੜੀ ਚੀਜ਼ ਤੋਂ ਆਪਾਂ ਪ੍ਰਭਾਵਿਤ ਹੋ ਜਾਂਦੇ ਹਾਂ, ਦਿਨ ਰਾਤ ਸਾਡੇ ਮਨ ਦੀ ਮੰਗ ਬਣ ਜਾਂਦੀ ਹੈ ਤੇ ਜੇ ਸਾਨੂੰ ਕਿਤੇ ਮਿਲ ਜਾਏ ਫਿਰ ਆਪਾਂ ਉਹਨੂੰ ਸੰਭਾਲ ਸੰਭਾਲ ਕੇ ਰੱਖਦੇ ਹਾਂ, ਉਹਦਾ ਧਿਆਨ ਰੱਖਦੇ ਹਾਂ, ਉਹਦੇ ਤੋਂ ਸਦਕੇ ਜਾਂਦੇ ਹਾਂ। ਨਾਮ ਦਾ ਕੀਮਤੀ ਰਤਨ, ਨਾਮ ਦੀ ਜੋ ਦਾਤ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਸਾਰਿਆਂ ਨੂੰ ਬਖਸ਼ਿਸ਼ ਕੀਤੀ ਹੈ, ਇਸ ਦੀ ਕਦਰ ਕਰਨ ਵਾਲਾ ਕੋਈ ਵਿਰਲਾ ਹੈ, ਇਹਦੀ ਸਾਰ ਨੂੰ ਜਾਣਨ ਵਾਲਾ ਕੋਈ ਵਿਰਲਾ ਹੈ। ਇਸੇ ਕਰਕੇ ਇਸ ਨਾਮ ਤੋਂ ਪ੍ਰਭਾਵਿਤ ਹੋ ਕੇ ਨਾਮ ਦੀ ਯਾਚਨਾ ਕਰਨ ਵਾਲੇ ਵੀ ਵਿਰਲੇ ਤੇ ਨਾਮ ਦੀ ਪ੍ਰਾਪਤੀ ਕਰਕੇ ਉਹਦੇ ਤੋਂ ਸਦਕੇ ਜਾਣ ਵਾਲੇ, ਉਹਦੇ ਤੋਂ ਬਲਿਹਾਰੇ ਜਾਣ ਵਾਲੇ ਵਿਰਲੇ ਹੀ ਮਨੁੱਖ ਦੁਨੀਆਂ ਵਿੱਚ ਦਿਖਾਈ ਦਿੰਦੇ। ਅੱਜ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਿਨ੍ਹਾਂ ਪਾਵਨ ਬਚਨਾਂ ਦਾ ਕੀਰਤਨ ਸਾਨੂੰ ਸਾਰਿਆਂ ਨੂੰ ਬਖਸ਼ਿਸ਼ ਕੀਤਾ, ਰਹਾਉ ਵਾਲੇ ਬੰਦ ਵਿੱਚ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਹਉ ਬਲਿਹਾਰੈ ਜਾਉ ਸਾਚੇ ਤੇਰੇ ਨਾਮ ਵਿਟੋ, ਮੈਂ ਸਦਕੇ ਜਾਵਾਂ, ਕੁਰਬਾਨ ਜਾਵਾਂ, ਵਾਰਨੇ ਜਾਵਾਂ ਮੇਰੇ ਸਾਹਿਬਾਨ ਤੇਰੇ ਨਾਮ ਤੋਂ, ਤੇਰੀ ਯਾਦ ਤੋਂ, ਤੇਰੀ ਹੋਣ ਦੇ ਅਹਿਸਾਸ ਤੋਂ, ਤੇਰੀ ਹਜ਼ੂਰੀ ਤੋਂ ਸਦਕੇ ਜਾਵਾਂ, ਕੁਰਬਾਨ ਜਾਵਾਂ, ਬਲਿਹਾਰ ਜਾਵਾਂ। ਕਰਨ ਕਾਰਨ ਸਭਨਾ ਕਾ ਇੱਕੋ ਅਵਰ ਨਾ ਦੂਜਾ ਕੋਈ, ਸਾਰੀ ਧਰਤੀ ਦੇ ਜੀਵਾਂ ਨੂੰ ਪੈਦਾ ਕਰਨ ਵਾਲਾ, ਸਭਨਾਂ ਨੂੰ ਬਣਾਉਣ ਵਾਲਾ ਤੂੰ ਇੱਕ ਹੀ ਹੈ ਤੇ ਮੇਰੇ ਮਾਲਕਾ ਤੇਰੇ ਵਰਗਾ, ਤੇਰੀ ਬਰਾਬਰੀ ਦਾ, ਤੇਰਾ ਸ਼ਰੀਕ ਵੀ ਇਸ ਧਰਤੀ ਤੇ ਦੂਜਾ ਕੋਈ ਮੈਨੂੰ ਨਜ਼ਰ ਨਹੀਂ ਆਉਂਦਾ। ਆਪਾਂ ਸਾਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚੋਂ ਸਿੱਖੀ ਲੈਣ ਵਾਸਤੇ ਆਏ ਹਾਂ, ਨਾਮ ਦੀ ਦਾਤ ਮੰਗਣ ਵਾਸਤੇ ਆਏ ਹਾਂ। ਬਹੁਤ ਸਾਰੀਆਂ ਸੰਗਤਾਂ ਇਹ ਸਵਾਲ ਵੀ ਕਰਦੀਆਂ, ਲੰਮੇਰਾ ਸਮਾਂ ਹੋ ਗਿਆ ਸੰਗਤ ਵਿੱਚ ਜਾਂਦੇ ਆ, ਕੀਰਤਨ ਸੁਣਦੇ ਆ, ਗੁਰਬਾਣੀ ਪੜ੍ਹਦੇ ਆ, ਪਰ ਅਜੇ ਤੱਕ ਨਾਮ ਦੀ ਅਵਸਥਾ ਨਹੀਂ ਬਣੀ, ਅਜੇ ਤੱਕ ਰਸ ਨਹੀਂ ਆ ਰਿਹਾ, ਅਜੇ ਤੱਕ ਅੰਦਰ ਆਨੰਦ ਦੀ ਖੇਡ ਨਹੀਂ ਬਣੀ। ਗੁਰਮੁਖੋ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਗੁਰਬਾਣੀ ਨੂੰ ਜਦੋਂ ਆਪਾਂ ਪੜ੍ਹਦੇ ਹਾਂ ਨਾ, ਬਾਕੀ ਦੀਆਂ ਜਿਹੜੀਆਂ ਤੁੱਛ ਚੀਜ਼ਾਂ ਨੇ ਉਹਨਾਂ ਨੂੰ ਤੇ ਸਧਾਰਨ ਰੂਪ ਦੇ ਵਿੱਚ ਵੀ ਮੰਗਦਿਆਂ ਹੋਇਆ ਭਗਤ ਜਨਾਂ ਨੂੰ ਆਪਾਂ ਦੇਖਦੇ ਹਾਂ। ਦੋਏ ਸਿਰ ਮੰਗੋ ਚੋਨਾ ਪਾਓ ਘਿਓ ਸੰਗ ਲੂਨਾ, ਅੱਧ ਸਿਰ ਮੰਗੋ ਦਾਲੇ ਮੋਕੋ ਦੋਨੋਂ ਵਕਤ ਦੀਵਾਲੇ। ਪਰ ਜਦੋਂ ਨਾਮ ਦੀ ਗੱਲ ਆਉਂਦੀ ਹੈ, ਜਦੋਂ ਸਿਮਰਨ ਦੀ ਮੰਗ ਦੀ ਬਾਤ ਉੱਠਦੀ ਹੈ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪ
ਸਾਡੇ ਜੀਵਨ ਨੂੰ ਤਰਤੀਬ ਦੇਣ ਵਾਸਤੇ ਐਸੇ ਅੱਖਰਾਂ ਨੂੰ ਵਰਤਿਆ ਜਿੱਥੇ ਜਾ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਹਮ ਭੀਖਕ ਭਿਖਾਰੀ ਤੇਰੇ। ਸਿੱਖ ਦੁਨੀਆਂ ਦੇ ਦਰਵਾਜ਼ੇ ਦਾ ਭਿਖਾਰੀ ਨਾ ਬਣੇ, ਰੱਬ ਦੇ ਦਰਵਾਜ਼ੇ ਦਾ ਭਿਖਾਰੀ ਬਣੇ। ਗੁਰੂ ਨਾਨਕ ਦੇ ਘਰ ਦੇ ਅਨਮੋਲ ਰਤਨ ਗਿਆਨੀ ਸੰਤ ਸਿੰਘ ਜੀ ਮਸਕੀਨ ਕਹਿੰਦੇ ਹੁੰਦੇ ਸੀ, ਸਿੱਖਾ ਜੇ ਤੂੰ ਬਾਦਸ਼ਾਹ ਵਾਂਗੂ ਜੀਣਾ ਚਾਹੁੰਦਾ, ਰਾਜਿਆਂ ਵਰਗੀ ਜ਼ਿੰਦਗੀ ਚਾਹੁੰਦਾ, ਅੰਮ੍ਰਿਤ ਵੇਲੇ ਉੱਠ ਕੇ ਦੋ ਤਿੰਨ ਘੰਟੇ ਚਾਰ ਪੰਜ ਘੰਟਿਆਂ ਦਾ ਸਮਾਂ ਤੂੰ ਪਰਮਾਤਮਾ ਦੇ ਦਰ ਦਾ ਭਿਖਾਰੀ ਬਣ ਕੇ ਖਲੋ ਜਿਆ ਕਰ, ਬਾਕੀ ਦੇ 24 ਘੰਟੇ ਤੇਰੇ ਰਾਜਿਆਂ ਵਰਗੇ ਲੰਘਣ ਲੱਗ ਜਾਣਗੇ। ਸਾਰੀ ਸੰਗਤ ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਅੰਮ੍ਰਿਤ ਵੇਲੇ ਜਾ ਕੇ ਪਰਮਾਤਮਾ ਦੇ ਦਰ ਦਾ ਮੰਗਤਾ ਬਣ ਕੇ ਭਿਖਾਰੀ ਬਣ ਕੇ ਉਹਦੇ ਚਰਨਾਂ ਦੇ ਅੱਗੇ ਝੋਲੀ ਅੱਡ ਕੇ ਖਲੋ ਜਾਈ ਤੇ ਬਾਕੀ ਦਾ ਸਾਰਾ ਸਮਾਂ ਤੇਰੀ ਜਿਹੜੀ ਸੁਰਤ ਹੈ ਨਾ, ਇੰਨੀ ਕੁ ਨਾਮ ਦੇ ਰਸ ਨਾਲ ਭਰ ਜਾਏਗੀ, ਇੰਨੀ ਕੁ ਬਲਵਾਨ ਹੋ ਜਾਏਗੀ, ਇੰਨੀ ਕੁ ਸ਼ਕਤੀਸ਼ਾਲੀ ਹੋ ਜਾਏਗੀ ਕਿ ਤੇਰਾ ਸਾਰਾ ਦਿਨ ਰਾਜਿਆਂ ਵਾਂਗੂ ਹੱਸਦਿਆਂ ਹੋਇਆਂ ਖਿੜਿਆਂ ਹੋਇਆਂ ਬੇਮੁਤਾਜਾਂ ਵਾਲਾ ਜੀਵਨ ਤੇਰਾ ਬਣ ਜਾਏਗਾ। ਦੁਨੀਆਂ ਦੇ ਦਰ ਦਾ ਜਿਹੜਾ ਭਿਖਾਰੀ ਹੈ ਉਹ ਗੁਰਮੁਖੋ ਵਕਤੇ ਅਖੀਰ ਦੁਨੀਆਂ ਤੋਂ ਨਿਰਾਸਾ ਹੋ ਕੇ ਜਾਂਦਾ, ਪਰ ਜਿਹਨੇ ਜਿਹਨੇ ਪਰਮਾਤਮਾ ਦੇ ਚਰਨਾਂ ਦੀ ਓਟ ਲਈ ਰੱਬ ਦੇ ਦਰ ਦੇ ਭਿਖਾਰੀ ਬਣ ਕੇ ਦੇਖਿਆ ਉਹ ਕੇਵਲ ਆਪ ਹੀ ਨਾ ਤਰੇ ਬਲਕਿ ਇੰਨੇ ਵੱਡੇ ਖਜ਼ਾਨਿਆਂ ਦੇ ਮਾਲਕ ਬਣ ਗਏ, ਸੰਸਾਰ ਨੂੰ ਆਪਣੀ ਝੋਲੀ ਦੇ ਵਿੱਚੋਂ ਖੈਰ ਵੰਡਦੇ ਰਹੇ, ਉਹਨਾਂ ਦੀ ਝੋਲੀ ਕਦੇ ਖਾਲੀ ਨਾ ਹੋਈ। ਸਾਹਿਬ ਜੀ ਕਹਿੰਦੇ ਨੇ ਹਮ ਭੀਖਕ ਅਸੀਂ ਮੰਗਤੇ ਹਾਂ ਭਿਖਾਰੀ ਤੇਰੇ, ਤੇਰੇ ਦਰ ਦੇ ਭਿਖਾਰੀ ਹਾਂ। ਤੂੰ ਨਿਜ ਪਤ ਹੈ ਦਾਤਾ, ਹੇ ਦਾਤਿਆ ਦਾਤਾ ਨੂੰ ਦੇਣ ਵਾਲਿਆ ਤੂੰ ਸੁਤੰਤਰ ਹੈ, ਤੇਰਾ ਰਾਜ ਸਾਰੀ ਦੁਨੀਆਂ ਤੇ ਹੈ ਪਰ ਤੇਰੇ ਉੱਤੇ ਕਿਸੇ ਦਾ ਰਾਜ ਨਹੀਂ। ਤੇਰਾ ਹੁਕਮ ਸਾਰਿਆਂ ਤੇ ਲਾਗੂ ਹੈ ਪਰ ਤੇਰੇ ਉੱਤੇ ਕਿਸੇ ਦਾ ਹੁਕਮ ਲਾਗੂ ਨਹੀਂ ਹੁੰਦਾ। ਨਿਜ ਪਤ ਦੇ ਅਰਥ ਨੇ ਸੁਤੰਤਰ, ਹਮ ਭੀਖਕ ਭਿਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ। ਹੁਣ ਗੁਰਮੁਖ ਪਿਆਰੇ ਭਿਖਾਰੀ ਜਦੋਂ ਕਿਸੇ ਦੇ ਦਰਵਾਜ਼ੇ ਤੇ ਜਾਂਦਾ ਉਹ ਹੱਥ ਤੇ ਜੋੜ ਸਕਦਾ, ਬੇਨਤੀ ਤੇ ਕਰ ਸਕਦਾ, ਪੁਕਾਰ ਤੇ ਕਰ ਸਕਦਾ, ਅੱਖਾਂ ਵਿੱਚ ਹੰਝੂ ਤੇ ਭਰ ਸਕਦਾ, ਪਰ ਦਾਵਾ ਨਹੀਂ ਕਰ ਸਕਦਾ, ਉੱਚੀ ਬੋਲ ਨਹੀਂ ਬੋਲ ਸਕਦਾ ਕਿ ਮੈਂ ਤੁਹਾਡੇ ਬੂਹੇ ਤੇ ਖੜਾ, ਤੁਹਾਡੇ ਦਰਵਾਜ਼ੇ ਤੇ ਖੜਾ, ਮੈਨੂੰ ਆਹ ਚੀਜ਼ ਦਿਓ ਜ਼ਰੂਰ ਦਿਓ। ਜਿਹੜਾ ਦਾਵਾ ਕਰਦਾ ਨਾ ਗੁਰਮੁਖ ਉਹ ਕਈ ਵਾਰੀ ਵਸਤੂ ਲੈਣ ਤੋਂ ਵਾਂਝਾ ਰਹਿ ਜਾਂਦਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪਰਮਾਤਮਾ ਦੇ ਚਰਨਾਂ ਦੇ ਉੱਤੇ ਖਲੋ ਕੇ ਉਹਦੀ ਹਜ਼ੂਰੀ ਦੇ ਸਾਹਮਣੇ ਖੜੋ ਕੇ ਮੰਗ ਮੰਗਣੀ ਹੈ ਨਾਮ ਦੀ, ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿ ਕੀ ਰਹੇ ਨੇ, ਹੋ ਦਇਆਲ। ਸੱਚੇ ਪਾਤਸ਼ਾਹ ਦਇਆ ਕਰਦੇ, ਦਇਆ ਦੇ ਦਾਤਿਆ ਦਿਆਲੂ ਹੋ ਜਾ। ਹੋ ਦਇਆਲ ਨਾਮ ਦੇਹੋ ਮੰਗਤ ਜਨ ਕੋ, ਤੇਰੇ ਦਰਵਾਜ਼ੇ ਤੇ ਖਲੋਤੇ ਜਨ ਨੂੰ ਆਪਣੇ ਸੇਵਕ ਨੂੰ ਨਾਮ ਦੀ ਦਾਤ ਦੇ ਕੇ ਨਵਾਜ ਦਿਓ। ਬੜੇ ਪਿਆਰੇ ਬਚਨ ਨੇ। ਨਾਮ ਕਿੰਨੀ ਕੁ ਦੇਰ ਵਾਸਤੇ ਚਾਹੀਦਾ ਭਾਈ ਤੈਨੂੰ? ਸਿੱਖ ਕਹਿੰਦਾ ਜੀ ਅੱਧਾ ਕੁ ਘੰਟਾ ਠੀਕ ਹੈ, ਬਾਕੀ ਤੇ 23.5 ਘੰਟੇ ਮੇਰੀ ਮਰਜ਼ੀ ਚੱਲਣੀ ਚਾਹੀਦੀ, ਵੱਧ ਤੋਂ ਵੱਧ ਘੰਟਾ ਠੀਕ ਹੈ, ਉਸ ਤੋਂ ਬਾਅਦ ਤੇ ਮੈਂ ਆਪਣੀ ਮਨ ਮਰਜ਼ੀ ਕਰਾਂ, ਮਨ ਮਰਜ਼ੀ ਦੀਆਂ ਗੱਲਾਂ ਕਰਾਂ, ਮਨ ਮਰਜ਼ੀ ਦੀਆਂ ਗੱਲਾਂ ਸੁਣਾ, ਮਨ ਮਰਜ਼ੀ ਦੇ ਖਾਣੇ ਖਾਵਾਂ, ਮਨ ਮਰਜ਼ੀ ਦੇ ਪੀਣੇ ਪੀਵਾਂ, ਮਨ ਮਰਜ਼ੀ ਦੇ ਵਸਤਰ ਪਹਿਨਾਂ, ਮਨ ਮਰਜ਼ੀ ਦੀਆਂ ਥਾਵਾਂ ਤੇ ਜਾਵਾਂ। ਪਰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਮੈਨੂੰ ਨਾਮ ਦੀ ਦਾਤ ਦੇ ਦੇ, ਆਪਣੀ ਕਿਰਪਾ ਕਰਕੇ ਮੈਨੂੰ ਇਸ ਤਰ੍ਹਾਂ ਦੇ ਨਾਲ ਆਪਣਾ ਨਾਮ ਜਪਾ ਕਿ ਮੈਂ 24 ਘੰਟੇ ਉਸ ਨਾਮ ਦੇ ਰੰਗ ਵਿੱਚ ਰੰਗਿਆ ਰਹਾਂ, ਸਦਾ ਰਹੋ ਰੰਗ ਰਾਤਾ। ਸਾਰੀ ਸੰਗਤ ਬੋਲੋ ਸਤਨਾਮ ਸ੍ਰੀ ਵਾਹਿਗੁਰੂ।
हम भिखक भिखारी तेरे तू निज पत है दाता हो दयाल नाम देहु मंगत जन को सदा रहूं रंग राता हम बलिहार जाऊं साचे तेरे नाम विटो हुण गुरु साहब जी देखदे ने कि केवल रसना दे नाल ते नहीं मंग रहा इहदे अंदर नाम की कोई कदर भी है कोई थां भी है इहदे दिल विच परमात्मा दे नाम की कि निरा अपनी जबान तो अखर बोलने सिख ले सतगुरु सच्चे पातशाह जी कहिंदे हौं बलिहार जाऊं साचे तेरे नाम विटो सदके जावा कुरबान जावा तेरे नाम तो मेरे साइया करन कारण सबना का इको अवर ना दूजा कोई तू सारिया नू रचन वाला है तेरी बराबरी दा तेरे वर्गा दूजा कोई मेनू नजर नहीं आता बहुते फेर पए किरपन को अब किछ किरपा की जाए किरपन दे जिहड़े अर्थ ने ना गुरमुखो विद्वाना ने गरीब भी किते आ ਅਤੇ ਕਿਰਪਨ ਦਾ ਜਿਹੜਾ ਅਰਥ ਹੈ ਨਾ ਉਹ ਸੂਮ ਵੀ ਕੀਤਾ ਕੰਜੂਸ ਬੰਦਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਬਹੁਤੇ ਫੇਰ ਪਏ ਕਿਰਪਨ ਕੋ ਅਬ ਕਿਛ ਕਿਰਪਾ ਕੀਜੈ ਮੈਨੂੰ ਗਰੀਬ ਨੂੰ ਜੰਮਦੇ ਤੇ ਮਰਦੇ ਨੂੰ ਬੜੇ ਚੱਕਰ ਹੋ ਗਏ ਬੜਾ ਲੰਮਾ ਸਮਾਂ ਹੋ ਗਿਆ ਹੁਣ ਤੁਸੀਂ ਆਪਣੀ ਕਿਰਪਾ ਕਰਦੇ ਹੋ ਦਿਆਲ ਦਰਸ਼ਨ ਦੇਹੋ ਆਪਣਾ ਐਸੀ ਬਖਸ਼ ਕਰੀਜੈ ਮੈਨੂੰ ਦਰਸ਼ਨਾਂ ਦੀ ਖੈਰ ਪਾ ਦਿਓ ਇਹ ਬਖਸ਼ਿਸ਼ ਕਰ ਦਿਓ ਸੱਚੇ ਪਾਤਸ਼ਾਹ ਮੈਂ ਅੱਠੇ ਪੈਰ ਤੇਰਾ ਨਾਮ ਜਪਦਾ ਰਹਾ ਤੇ ਆਪਣੇ ਦੀਦਿਆਂ ਦੇ ਨਾਲ ਆਪਣੀਆਂ ਨਿਗਾਹਾਂ ਦੇ ਨਾਲ ਕੇਵਲ ਸੰਸਾਰ ਦੇ ਵਿੱਚ ਮੈਂ ਤੈਨੂੰ ਹੀ ਦੇਖਦਾ ਰਹਾ ਸਾਰੀ ਸੰਗਤ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਪੰਡਤ ਨਾਨਕ ਭਰਮ ਪੱਟ ਖੁੱਲੇ ਦਰਵਾਜ਼ੇ ਲੱਗੇ ਹੋਏ ਨੇ ਗੁਰਮੁਖੋ ਰੱਬ ਤੇ ਬਾਹਰ ਖੜਾ ਰੱਬ ਤੇ ਦਸਤਕ ਦੇ ਰਿਹਾ ਦਿਲ ਦੀ ਕੁੰਡੀ ਨੂੰ ਖੜਕਾ ਰਿਹਾ ਰੱਬ ਤੇ ਤੁਹਾਡੀਆਂ ਦਹਲੀਜ਼ਾਂ ਤੇ ਆ ਕੇ ਖਲੋ ਗਿਆ ਭਗਤ ਰਵਿਦਾਸ ਜੀ ਤੇ ਕਹਿੰਦੇ ਨੇ ਹੱਥਾਂ ਤੋਂ ਵੀ ਨੇੜੇ ਆ ਗਿਆ ਹੱਥਾਂ ਤੋਂ ਵੀ ਨੇੜੇ ਆ ਗਿਆ ਪਿਆਰਾ ਗੁਰਮੁਖਾ ਜਾ ਗੁਰੂ ਦੇ ਚਰਨਾਂ ਵਿੱਚ ਜਾ ਕੇ ਗੁਰੂ ਨੂੰ ਆਵਾਜ਼ ਦੇ ਸੱਚੇ ਪਾਤਸ਼ਾਹ ਰੱਬ ਤੇ ਮੇਰੇ ਦਰਵਾਜ਼ੇ ਤੇ ਖਲੋਤਾ ਹੈ ਪਰ ਮੇਰੇ ਮਨ ਦੇ ਉੱਤੇ ਭਰਮ ਦੇ ਜੰਦਰੇ ਵੱਜੇ ਹੋਏ ਹਮ ਇਹਦੇ ਦਰਵਾਜ਼ੇ ਲੱਗੇ ਹੋਏ ਨੇ ਉਹ ਦਰਵਾਜ਼ੇ ਖੁੱਲਣ ਤੇ ਪਿਆਰੇ ਦਾ ਮਿਲਾਪ ਹੋਵੇ ਉਹਦੇ ਦਰਸ਼ਨ ਹੋ ਜਾਣ ਗੁਰੂ ਦੀ ਕਿਰਪਾ ਤੋਂ ਬਿਨਾਂ ਗੁਰਪ੍ਰਸਾਦ ਤੋਂ ਬਿਨਾਂ ਉਹ ਦਰਵਾਜ਼ੇ ਖੁੱਲਦੇ ਨਹੀਂ ਪੰਡਤ ਨਾਨਕ ਭਰਮ ਪੱਟ ਖੁੱਲੇ ਕਾਹਦੇ ਨਾਲ ਖੁੱਲੇ ਕਿਤਾਬਾਂ ਪੜ੍ਹ ਕੇ ਨਾ ਖੁੱਲੇ ਗਿਆਨ ਇਕੱਠਾ ਕਰਕੇ ਨਾ ਖੁੱਲੇ ਚਤੁਰਾਈਆਂ ਤੇ ਸਿਆਣਪਾਂ ਨੂੰ ਜ਼ਿੰਦਗੀ ਵਿੱਚ ਧਾਰਨ ਕਰਕੇ ਨਾ ਖੁੱਲੇ ਉਹ ਭਰਮ ਦੇ ਦਰਵਾਜ਼ੇ ਕਦੋਂ ਖੁੱਲੇ ਤੇ ਕਿਵੇਂ ਖੁੱਲੇ ਸਾਹਿਬ ਜੀ ਕਹਿੰਦੇ ਨੇ ਗੁਰਪ੍ਰਸਾਦੀ ਜਾਣਿਆ ਗੁਰੂ ਦੀ ਕਿਰਪਾ ਨਾਲ ਗੁਰਪ੍ਰਸਾਦ ਨਾਲ ਹੁਣ ਸੋਝੀ ਮਿਲ ਗਈ ਹੁਣ ਜਾਣਕਾਰੀ ਮਿਲ ਗਈ ਪੰਡਤ ਨਾਨਕ ਭਰਮ ਪੱਟ ਖੁੱਲੇ ਗੁਰਪ੍ਰਸਾਦੀ ਜਾਣਿਆ ਤੇ ਦਰਵਾਜ਼ੇ ਖੁੱਲਣ ਤੋਂ ਬਾਅਦ ਹੋਇਆ ਕੀ ਦਰਵਾਜ਼ੇ ਤੇ ਖੁੱਲ ਕੇ ਗੁਰਮੁਖੋ ਫਿਰ ਨਿਸ਼ਾਨੀ ਕੀ ਹੈ ਜਿਨ੍ਹਾਂ ਦੇ ਭਰਮ ਦੇ ਦਰਵਾਜ਼ੇ ਖੁੱਲ ਗਏ ਉਹਨਾਂ ਦਾ ਜੀਵਨ ਕਿਸ ਤਰ੍ਹਾਂ ਦਾ ਬਣ ਗਿਆ ਜਿਨ੍ਹਾਂ ਦੇ ਕਵਾੜ ਖੁੱਲ ਗਏ ਹਿਰਦੇ ਦੇ ਉਹਨਾਂ ਦੇ ਜੀਵਨ ਦੀ ਨਿਸ਼ਾਨੀ ਕੀ ਹੈ ਸਾਹਿਬ ਜੀ ਕਹਿੰਦੇ ਪੰਡਤ ਨਾਨਕ ਭਰਮ ਪੱਟ ਖੁੱਲੇ ਗੁਰਪ੍ਰਸਾਦੀ ਜਾਣਿਆ ਸਾਚੀ ਲਿਵ ਲੱਗੀ ਹੈ ਭੀਤਰ ਸਤਿਗੁਰ ਸਿਓ ਮਨ ਮਾਨਿਆ ਹੁਣ ਲਿਵ ਲੱਗ ਗਈ ਸੰਗਤ ਵਿੱਚ ਬੈਠਿਆਂ ਲਿਵ ਲਾਉਣੀ ਗੁਰਮੁਖੋ ਲਿਵ ਲੱਗਣ ਦੀ ਨਿਸ਼ਾਨੀ ਕੀ ਹੈ ਜਿਹੜਾ ਸਿੱਖ ਕਹਿੰਦਾ ਸੀ ਨਾ ਨਿਤਨੇਮ ਦਾ ਗੁਟਕਾ ਹੱਥ ਵਿੱਚ ਫੜਦਿਆਂ ਮੈਂ ਸਪੀਡ ਫੜ ਲੈਣਾ ਮੇਰੇ ਮਨ ਦੀ ਇੱਛਾ ਹੁੰਦੀ ਹੈ ਕਿ ਮੈਂ ਜਲਦੀ ਜਲਦੀ ਖਤਮ ਕਰਾਂ ਭੋਗ ਪਾਵਾਂ ਅਰਦਾਸ ਕਰਾਂ ਤੇ ਚਲੇ ਜਾਵਾਂ ਜਦੋਂ ਲਿਵ ਲੱਗ ਗਈ ਜਿਹੜਾ ਕਹਿੰਦਾ ਸੀ ਗੁਟਕਾ ਫੜਨ ਨੂੰ ਦਿਲ ਨਹੀਂ ਕਰਦਾ ਉਹ ਕਹਿੰਦਾ ਹੁਣ ਮੇਰਾ ਗੁਟਕਾ ਛੱਡਣ ਨੂੰ ਦਿਲ ਨਹੀਂ ਕਰਦਾ ਜਦੋਂ ਲਿਵ ਲੱਗ ਗਈ
ਜਿਹੜਾ ਮਨ ਕਹਿੰਦਾ ਸੀ ਕਿ ਛੇਤੀ ਭੋਗ ਪਵੇ ਛੇਤੀ ਸਮਾਪਤੀ ਹੋਵੇ ਜਿਹਦੀ ਲਿਵ ਲੱਗ ਗਈ ਉਹਦਾ ਮਨ ਕਹਿੰਦਾ ਭੋਗ ਪਵੇ ਹੀ ਨਾ ਮੇਰੀ ਜ਼ਿੰਦਗੀ ਦਾ ਭੋਗ ਗੁਰੂ ਦੀ ਹਜ਼ੂਰੀ ਵਿੱਚ ਪੈ ਜਾਏ ਸਾਰੀ ਸੰਗਤ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਸੱਚੀ ਲਿਵ ਲੱਗ ਗਈ ਹੈ ਭੀਤਰ ਅੰਦਰ ਡੂੰਘੀ ਥਾਂ ਤੇ ਲੱਗ ਗਈ ਲਿਵ ਦੁਨੀਆਂ ਦੇ ਲੋਕਾਂ ਨੂੰ ਨਹੀਂ ਦਿਸਦੀ ਲਿਵ ਗੁਰਮੁਖੋ ਅੰਦਰ ਲੱਗ ਗਈ ਹਿਰਦਾ ਨਾਮ ਵਸਾਇਓ ਘਰ ਬੈਠੇ ਗੁਰੂ ਤੇ ਆਏ ਹਿਰਦੇ ਵਿੱਚ ਲਿਵ ਲੱਗ ਗਈ ਮਨ ਚ ਲਿਵ ਲੱਗ ਗਈ ਸੱਚੀ ਲਿਵ ਲੱਗ ਗਈ ਹੈ ਭੀਤਰ ਸਤਿਗੁਰ ਸਿਉ ਮਨ ਮਾਨਿਆ ਹੁਣ ਗੁਰੂ ਦੇ ਨਾਲ ਮਨ ਘੁਲ ਮਿਲ ਗਿਆ ਮਨ ਮਿਲ ਗਿਆ ਮਨ ਪਤੀਜ ਗਿਆ ਮਨ ਦਾ ਘੁਲਣਾ ਗੁਰੂ ਦੇ ਚਰਨਾਂ ਵਿੱਚ ਜ਼ਰੂਰੀ ਹੈ ਗੁਰਮੁਖੋ ਆਪਾਂ ਕਹਿੰਦੇ ਹਾਂ ਮਨ ਨਹੀਂ ਜੁੜਦਾ ਮਨ ਕਿਉਂ ਨਹੀਂ ਜੁੜਦਾ ਕਿਉਂਕਿ ਗੁਰੂ ਦਾ ਸੁਭਾਅ ਹੋਰ ਹੈ ਸਾਡਾ ਸੁਭਾਅ ਵੱਖਰਾ ਹੈ ਜਿਹੜੇ ਬੰਦੇ ਦੇ ਨਾਲ ਸਾਡਾ ਸੁਭਾਅ ਮਿਲਦਾ ਹੋਵੇ ਨਾ ਉਹਨੂੰ ਦੋ ਪਿੰਡ ਲੰਘ ਕੇ ਵੀ ਆਪਾਂ ਰੋਜ਼ ਮਿਲਣ ਜਾਂਦੇ ਹਾਂ ਜਿਹੜੇ ਰਿਸ਼ਤੇ ਦੇ ਨਾਲ ਸਾਡੀ ਮੱਤ ਮਿਲਦੀ ਹੈ ਸੈਂਕੜੇ ਮੀਲਾਂ ਦਾ ਪੰਧ ਤੈਅ ਕਰਕੇ ਵੀ ਉਹਨੂੰ ਮਿਲਣ ਜਾਈਦਾ ਪਰ ਜਿਹੜੇ ਬੰਦੇ ਨਾਲ ਮੱਤ ਨਾ ਮਿਲੇ ਭਾਵੇਂ ਕੰਧ ਸਾਂਝੀ ਹੋਵੇ ਗੁਰਮੁਖ ਉਹਨੂੰ ਬੁਲਾਉਣ ਨੂੰ ਜੀ ਨਹੀਂ ਕਰਦਾ ਬਾਣੀ ਚ ਮਨ ਕਿਉਂ ਨਹੀਂ ਲੱਗਦਾ ਕਿਉਂਕਿ ਗੁਰੂ ਦਾ ਸੁਭਾਅ ਹੋਰ ਹੈ ਸਾਡਾ ਸੁਭਾਅ ਹੋਰ ਹੈ ਗੁਰੂ ਦਾ ਸੁਭਾਅ ਕੀ ਹੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਗੁਰੂ ਸਾਹਿਬ ਤੇ ਸਾਰਿਆਂ ਦਾ ਭਲਾ ਮੰਗਦੇ ਨੇ ਆਪਾਂ ਕੇਵਲ ਆਪਣਾ ਭਲਾ ਆਪਣੇ ਪਰਿਵਾਰ ਦਾ ਭਲਾ ਜਾਂ ਆਪਣਿਆਂ ਦਾ ਭਲਾ ਮੰਗਦੇ ਹਾਂ ਜਿਸ ਦਿਨ ਇਹ ਬਿਰਤੀ ਬਣ ਗਈ ਸਭ ਕੋ ਮੀਤ ਹਮ ਆਪਨ ਕੀਨਾ ਹਮ ਸਭਨਾ ਕੈ ਸਾਜਨ ਦੂਰ ਪਰਾਇਓ ਮਨ ਕਾ ਬਿਰਹਾ ਤਾਂ ਮੇਲ ਕੀਓ ਮੇਰੇ ਰਾਜਨ ਜਿਸ ਤਰ੍ਹਾਂ ਦਾ ਸੁਭਾਅ ਗੁਰੂ ਦਾ ਉਸ ਤਰ੍ਹਾਂ ਦਾ ਸੁਭਾਅ ਸਿੱਖਾ ਜਿਸ ਦਿਨ ਤੇਰਾ ਬਣ ਗਿਆ ਗੁਰੂ ਦੇ ਨਾਲ ਫਿਰ ਮਿੱਤਰਤਾ ਹੋ ਜਾਣੀ ਗੁਰੂ ਦੇ ਨਾਲ ਫਿਰ ਦਿਲ ਦੀ ਪ੍ਰੀਤ ਪੈ ਜਾਣੀ ਹੈ ਤੇ ਗੁਰੂ ਦੇ ਨਾਲ ਮਨ ਮੰਨ ਜਾਣਾ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਨੂੰ ਛੱਡ ਕੇ ਤੇਰੀ ਸੁਰਤ ਤੇਰਾ ਧਿਆਨ ਤੇਰੀ ਲਿਵ ਕਿਤੇ ਨਹੀਂ ਜਾਏਗੀ ਭਾਵੇਂ ਤੂੰ ਸਰੀਰ ਕਰਕੇ ਆਪਣੇ ਕੰਮ ਕਰਦਾ ਹੋਵੇਂ ਕਿਰਤ ਕਰਦਾ ਹੋਵੇਂ ਦੁਕਾਨ ਕਰਦਾ ਹੋਵੇਂ ਵਪਾਰ ਕਰਦਾ ਹੋਵੇਂ ਪਰ ਜਿਸ ਦਿਨ ਤੇਰਾ ਮਨ ਮੰਨ ਗਿਆ ਨਾ ਗੁਰੂ ਦੇ ਚਰਨਾਂ ਦੇ ਨਾਲ ਉਸ ਦਿਨ ਫਿਰ ਜਿੱਥੇ ਵੀ ਤੂੰ ਜਾਏਗਾ ਨਾ ਤੇਰੇ ਮਨ ਦੇ ਵਿੱਚੋਂ ਇਹ ਅਵਸਥਾ ਝਲਕੇਗੀ ਸਾਰੀ ਸੰਗਤ ਬੋਲਿਓ ਪਿਆਰ ਨਾਲ ਪਹਿਲੋਂ ਦਾਸ ਬੋਲੇਗਾ ਫਿਰ ਸਾਰੇ ਵੀਰ ਤੀਸਰੇ ਹਿੱਸੇ ਚ ਭੈਣਾਂ ਨੂੰ ਬੇਨਤੀ ਹੈ ਆਵਾਜ਼ ਆਪ ਜੀ ਦੀ ਖੁੱਲ ਕੇ ਨਿਆਈ ਦੋ ਦਿਨ ਲੰਘੇ ਸਾਰੇ ਕਿਰਪਾ ਕਰੋ ਥੋੜੇ ਜਿਹੇ ਸਾਵਧਾਨ ਹੋ ਕੇ ਬੈਠੋ ਖੁੱਲ ਕੇ ਬੋਲੋ ਸਾਰੀਆਂ ਸੰਗਤਾਂ ਗੁਰੂ ਮੇਰੇ ਜੀ ਸੰਗ ਵਸਦੇ ਗੁਰੂ ਮੇਰੇ ਜੀ ਸੰਗ ਵਸਦੇ ਬੋਲੋ ਜੀ ਗੁਰੂ ਮੇਰੇ ਜੀ ਸੰਗ ਵਸਦੇ ਗੁਰੂ ਮੇਰੇ ਜੀ ਸੰਗ ਵਸਦੇ ਮੇਰੇ ਜੀ ਸੰਗ ਵਸਦੇ ਸੰਗ ਵਸਦੇ ਮੈਂ ਮੂਰਖ
गुरु मेरे जी संग वास से गुरु मेरे जी संग वास से ਖਤ ਸੁਨਤ ਸਦਾ ਹੈ ਸੰਗੇ ਮੈਂ ਮੂਰਖ ਜਾਣਿਆ ਦੂਰੀ ਰੇ ਗੁਰ ਮੇਰੇ ਸੰਗ ਸਦਾ ਹੈ ਨਾਲੇ ਸਿਮਰ ਸਿਮਰ ਤਿਸ ਸਦਾ ਸੰਭਾਲੇ ਪੰਡਤ ਨਾਨਕ ਭਰਮ ਪੱਟ ਖੁੱਲੇ ਭਰਮ ਦੇ ਦਰਵਾਜ਼ੇ ਖੁੱਲ ਗਏ ਮਨ ਮੰਨ ਗਿਆ ਜਾਣਕਾਰੀ ਮਿਲ ਗਈ ਚੰਗੀ ਤਰ੍ਹਾਂ ਨਜ਼ਦੀਕ ਤੋਂ ਉਹਦੇ ਨਾਲ ਰਿਸ਼ਤਾ ਬਣ ਗਿਆ ਅੰਦਰ ਹੁਣ ਲਿਵ ਦਾ ਰਾਗ ਸ਼ੁਰੂ ਹੋ ਗਿਆ ਅੰਦਰ ਹੁਣ ਪਰਮਾਤਮਾ ਦੀ ਯਾਦ ਦਾ ਸੰਗੀਤ ਗੂੰਜਣ ਲੱਗ ਗਿਆ ਮੇਰੀ ਪੇਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਸਾਰੀ ਸੰਗਤ ਬੋਲਿਆ ਕਰੋ ਕਿਉਂਕਿ ਗੁਰੂ ਨੂੰ ਜਿਹੜਾ ਧੰਨ ਕਹਿਣਾ ਨਾ ਗੁਰਮੁਖੋ ਉਹ ਕੋਈ ਸਧਾਰਨ ਗੱਲ ਨਹੀਂ ਜਿਨੇ ਤੁਧ ਨੂੰ ਧੰਨ ਕਹਿਆ ਤਿੰਨ ਜਮ ਨੇੜ ਨਾ ਆਇਆ ਸਾਰੀ ਸੰਗਤ ਬੋਲੋ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਉਹਨਾਂ ਦੀ ਚਰਨ ਸ਼ਰਨ ਦੇ ਵਿੱਚ ਇੱਕ ਮੁਸਲਮਾਨ ਫਕੀਰ ਕਹਿ ਲਈਏ ਸਾਧੂ ਕਹਿ ਲਈਏ ਰੱਬ ਦਾ ਪਿਆਰਾ ਕਹਿ ਲਈਏ ਦਰਸ਼ਨ ਕਰਨ ਵਾਸਤੇ ਪਹੁੰਚਦਾ ਹੈ ਜਿਹਦਾ ਨਾਮ ਹੈ ਖਵਾਜਾ ਹੁਸਨ ਕਸ਼ਮੀਰੀ ਮਉ ਪਿੰਡ ਦੇ ਰਹਿਣ ਵਾਲਾ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦੀਦਾਰ ਕਰਨ ਵਾਸਤੇ ਆਇਆ ਸੋਭਾ ਸੁਣ ਕੇ ਵਡਿਆਈ ਸੁਣ ਕੇ ਜਦੋਂ ਨਜ਼ਦੀਕ ਆ ਕੇ ਨਮਸਕਾਰ ਕੀਤੀ ਗੁਰੂ ਪਾਤਸ਼ਾਹ ਜੀ ਕਹਿੰਦੇ ਖੁਦਾ ਦੇ ਪਿਆਰਿਆ ਤੇਰਾ ਨਾਮ ਕੀ ਹੈ ਉਹਨੇ ਬੋਲ ਕੇ ਬੜੀ ਨਿਮਰਤਾ ਨਾਲ ਦੱਸਿਆ ਸਤਿਗੁਰੂ ਜੀ ਨਾਮ ਹੈ ਖਵਾਜਾ ਹੁਸਨ ਕਸ਼ਮੀਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਸੱਜਣਾ ਕੇਵਲ ਨਾਮ ਦਾ ਹੁਸਨ ਹੈ ਜਾਂ ਅੰਦਰ ਕੋਈ ਹੁਸਨ ਚੜਿਆ ਵੀ ਹੈ ਜਿਵੇਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਭਾਈ ਮਨਸੁਖ ਨੂੰ ਆਖਿਆ ਸੀ ਨਾ ਕੇਵਲ ਨਾਮ ਦਾ ਮਨ ਸੁੱਖ ਹੈ ਜਾਂ ਕਦੇ ਮਨ ਦੇ ਸੁੱਖ ਨੂੰ ਮਾਣਿਆ ਵੀ ਹੈ ਅੱਜ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਤੇਰਾ ਨਾਮ ਤੇ ਖਵਾਜਾ ਹੁਸਨ ਹੈ ਕਦੇ ਰੱਬ ਦਾ ਹੁਸਨ ਉਹਦੀਆਂ ਮੁਹੱਬਤਾਂ ਉਹਦੇ ਪਿਆਰ ਉਹਦੀ ਲਿਵ ਦਾ ਹੁਸਨ ਤੇਰੇ ਦਿਲ ਨੂੰ ਚੜਿਆ ਵੀ ਹੈ ਜਾਂ ਨਹੀਂ ਚੜਿਆ ਉਹ ਕਿਸ ਤਰ੍ਹਾਂ ਦਾ ਹੁਸਨ ਹੈ ਗੁਰਮੁਖੋ ਦਿਨ ਕੇ ਚੋਲੇ ਰਤੜੇ ਪਿਆਰੇ ਕੰਤ ਤਿਨਾ ਕੇ ਪਾਸ ਧੂੜ ਤਿਨਾ ਕੀ ਜੇ ਮਿਲੇ ਜੀ ਕਹੋ ਨਾਨਕ ਕੀ ਅਰਦਾਸ ਉਹ ਹੁਸਨ ਕਿਵੇਂ ਚੜਦਾ ਕਵਨ ਬਣੀ ਰੀ ਤੇਰੀ ਲਾਲੀ ਤੇਰੇ ਅੰਦਰ ਲਾਲ ਰੰਗ ਕਿਵੇਂ ਚੜ ਗਿਆ ਕਮਨ ਰੰਗ ਤੂੰ ਭਈ ਗੁਲਾਲੀ ਤੇਰੇ ਅੰਦਰ ਗੁਲਾਲ ਕਿਹਨੇ ਛਿੜਕ ਦਿੱਤਾ ਤੇ ਬਾਣੀ ਕਹਿੰਦੀ ਹੈ ਉਹ ਹੁਸਨ ਕਿਵੇਂ ਚੜਦਾ ਜਾਂ ਕੋ ਹਰ ਰੰਗ ਲਾਗੋ ਇਸ ਯੁੱਗ ਮੈਂ ਸੋ ਕਹੀਅਤ ਹੈ ਸੂਰਾ ਆਤਮ ਜਿਹਨੇ ਸਗਲ ਵਸ ਤਾਂ ਕਹਿ ਜਾਂ ਕਾ ਸਤਿਗੁਰ ਪੂਰਾ ਕਿਵੇਂ ਚੜੇ ਹੁਸਨ ਚੜਾਉਣਾ ਚਾਹੁੰਦੇ ਹਾਂ ਆਪਾਂ ਗੁਰਮੁਖੋ ਦੇਖੋ ਆਪਣੇ ਮਨ ਦੀ ਆਵਾਜ਼ 2 ਮਿੰਟਾਂ ਬਾਅਦ ਸੁਣ ਕੇ ਦੇਖਿਓ ਦੋ ਪਲ ਜੁੜ ਕੇ ਦੇਖੀਏ ਸਤਿਗੁਰੂ ਸੱਚੇ ਪਾਤਸ਼ਾਹ ਜੀ ਕੀ ਕਹਿੰਦੇ ਨੇ ਉਹ ਰੂਪ ਕਿਵੇਂ ਚੜੇ ਉਹ ਹੁਸਨ ਕਿਵੇਂ ਆਵੇ ਸਾਡੀ ਜ਼ਿੰਦਗੀ ਦੇ ਵਿੱਚ ਜਿਹਨੂੰ ਦੇਖ ਕੇ ਰੱਬ ਖੁਸ਼ ਹੁੰਦਾ ਆ ਬਾਹਰਲੇ ਦੇ ਹੁਸਨ ਸਰੀਰ ਦੇ ਹੁਸਨ ਸਰੀਰ ਦੇ ਸ਼ਿੰਗਾਰ ਤੇ ਦੁਨੀਆਂ ਨੂੰ ਖੁਸ਼ ਕਰਨ ਵਾਸਤੇ ਆ ਨਾ ਗੁਰਮੁਖੋ ਤੇ ਜਿਸ ਪਿਆਰੇ ਨੇ ਸਾਨੂੰ ਦੁਨੀਆਂ ਤੇ ਭੇਜਿਆ ਦੁਨੀਆਂ ਸਾਜ ਕੇ ਨਿਵਾਜ ਕੇ ਸ਼ਿੰਗਾਰ ਕੇ ਉਹਨੂੰ ਖੁਸ਼ ਕਰਨ ਵਾਸਤੇ ਕਿਹੜੇ ਸ਼ਿੰਗਾਰ ਦੀ ਲੋੜ ਹੈ ਉਹ ਹੁਸਨ ਕਿੱਥੋਂ ਚੜੇ ਸਾਰੀ ਸੰਗਤ ਪੜਿਓ ਪਿਆਰ ਨਾਲ ਠਾਕੁਰ ਗਾਈਏ
आत्म रंग ठाकुर गाइया आत्म रंग ठाकुर गाइया आत्म रंग